ਇਹ ਤਸਵੀਰਾਂ ਬਠਿੰਡਾ ਦੇ ਮੌੜ ਮੰਡੀ ਦੀਆਂ ਨੇ। ਇੱਥੇ ਇੱਕ ਵਿਅਕਤੀ ਨੂੰ ਕੁਝ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਮਾਮਲਾ ਆਪਸੀ ਰੰਜਿਸ਼ ਦਾ ਹੈ। ਪੀੜਤ ਦਾ ਨਾਮ ਜਸਪਾਲ ਸਿੰਘ ਹੈ। ਜਦੋਂ ਟਰੱਕ ਯੂਨੀਅਨ ਵਿੱਚ ਬੈਠਾ ਸੀ ਤਾਂ ਅਚਾਨਕ ਕਈ ਵਿਅਕਤੀ ਆਏ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਬੁਰੀ ਤਰ੍ਹਾਂ ਕੀਤੀ ਇਸ ਕੁੱਟਮਾਰ ਵਿੱਚ ਪੀੜਤ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ। ਸੁਖਪਾਲ ਸਿੰਘ ਚਵਾਨੀ ਜੀ ਮੇਰਾ ਨਾਂ। ਪਹਿਲਾਂ ਇਹਦਾ ਕਤਲ ਹੋ ਗਿਆ ਸੀ 2020 ਚ ਮੁੰਡੇ ਦਾ। ਉਹ ਚਾਰੇ ਜਾਣੇ ਅੰਦਰ ਆ, ਜਿਹਨੇ ਕਤਲ ਕਰਿਆ ਵੀ ਚਾਰਾਂ ਨੇ ਕਤਲ ਕਰਿਆ, ਉਹ ਚਾਰੇ ਜਾਣੇ ਅੰਦਰ ਬੈਠੇ, ਸਾਡੇ ਬਾਦ ਨੂੰ ਹੀ ਪਏ ਆ ਜੀ ਵੀ ਤੁਸੀਂ ਸਾਡਾ ਮੁੰਡਾ ਮਾਰਿਆ ਹੈਗਾ ਜੀ। ਅਸੀਂ ਨਾ ਮਾਰਨ ਚ ਨਾ ਮਰਾਉਣ ਚ ਨਾ ਸਾਡਾ ਮਤਲਬ ਵੱਟਦਾ ਨੀ, ਰੌਲਾ ਸਾਡਾ ਕਹਦਾ ਰੌਲਾ ਜੀ ਉਹਨਾਂ ਨਾਲ। ਜਿਹਨਾਂ ਦੇ ਸੱਟਾ ਮਾਰੀਏ ਕੌਣ ਨੇ ਤੁਹਾਡੇ? ਉਹ ਜੀ ਭਾਈ ਆ ਜੀ ਮੇਰਾ ਜਸਪਾਲ ਸਿੰਘ। ਦੁਸ਼ਮਣੀ ਚ ਵੀ ਸਾਡਾ ਮੁੰਡਾ ਮਾਰਿਆ, ਕਿਹੜਾ ਮੁੰਡਾ ਮਾਰਿਆ, ਉਹ ਉੱਥੇ ਜੇਲ੍ਹ ਚ ਨੇ ਗਏ ਤਾਂ ਸੀਰੀਅਸ ਲੱਗ ਤਾਂ ਰਿਹਾ, ਬਾਕੀ ਇੱਕ ਵਾਰ ਆਪਾਂ ਦੇਖਦੇ ਹਾਂ ਚੰਗੀ ਤਰ੍ਹਾਂ। ਪੇਸ਼ੈਂਟ ਨੂੰ ਚੈੱਕ ਨਹੀਂ ਕੀਤਾ, ਚੈੱਕ ਕਰ ਰਹੇ ਇੱਕ ਵਾਰੀ। ਮੌੜ ਮੰਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟ ਚੱਲ ਰਹੀ ਸੀਗੀ ਉਸ ਦੇ ਤਹਿਤ ਇੱਕ ਬੰਦੇ 'ਤੇ ਹਮਲਾ ਕੀਤਾ ਗਿਆ। ਜਿਸ ਬੰਦੇ 'ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਵਲ ਹੋਸਪਿਟਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ, ਉਹਦਾ ਬਿਆਨ ਦਰਜ ਕਰਕੇ FIR ਦਰਜ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਿੱਤੀ ਗਈ ਹੈ, ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀਆਂ ਵੱਖ ਵੱਖ ਥਾਵਾਂ 'ਤੇ ਰਵਾਨਾ ਹੋ ਗਈਆਂ ਅਤੇ ਉਮੀਦ ਕਰਦੇ ਹਾਂ ਵੀ ਅਸੀਂ ਰਾਤੋਂ ਰਾਤ ਜਿਹੜੇ ਹੈਗੇ ਆ ਹਮਲਾਵਰ ਅਸੀਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ।